25ਵਾਂ ਵਚਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰਸਿੱਖਾਂ ਦੇ ਭਲੇ ਵਾਸਤੇ ਉਚਾਰਨ ਕੀਤਾ ਕਿ ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਸਮਝਣਾ ਹੈ ਕਿਉਂਕਿ ਅੱਜ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਆ ਤੇ ਭਲੇ ਦਾ ਕੰਮ ਜਦੋਂ ਕਰਦੇ ਆ ਤੇ ਅਸੀਂ ਕਹਿੰਦੇ ਆ ਕਿ ਇਹ ਕੰਮ ਮੈਂ ਕੀਤਾ ਤੇ ਜੇ ਕਿਤੇ ਸਾਡੇ ਕੋਲੋਂ ਕੋਈ ਨੁਕਸਾਨ ਹੋ ਜਾਂਦਾ ਹੈ ਤੇ ਸਤ ਜਾਣਿਓ ਉਹਦਾ ਦੋਸ਼ ਅਸੀਂ ਉਸ ਪਰਮੇਸ਼ਰ ਨੂੰ ਦਿੰਦੇ ਹਾਂ ਬਾਣੀ ਦਾ ਫੁਰਮਾਨ ਹੈ ਕਿ ਹਮ ਕੀਆ ਹਮ ਕਰਾਂਗੇ ਜਦੋਂ ਮਨੁੱਖ ਕਹਿੰਦਾ ਕਿ ਮੈਂ ਕੀਤਾ ਤੇ ਮੈਂ ਕਰਾਂਗਾ ਉਹ ਆਪਣੀ ਬੁੱਧ ਦਾ ਦਾਤਾ ਫਿਰ ਆਪਣੇ ਆਪ ਨੂੰ ਹੀ ਸਮਝਣ ਲੱਗ ਜਾਂਦਾ ਹੈ ਉਹ ਆਪਣੇ ਬਲ ਨੂੰ ਆਪਣੀ ਤੋਂ ਹੀ ਪੈਦਾ ਹੋਇਆ ਸਮਝਣ ਲੱਗ ਜਾਂਦਾ ਹੈ ਪਰ ਮਹਾਰਾਜੀ ਦੀ ਬਾਣੀ ਨੂੰ ਪੁੱਛੀਏ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਬਾ ਗੁਣ ਗਾਵਾ ਨਿਤ ਤੇਰੇ ਕਿਹ ਅਕਾਲ ਪੁਰਖ ਵਾਹਿਗੁਰੂ ਇਹ ਜਿਤਨਾ ਵੀ ਬਲ ਤੂੰ ਮੈਨੂੰ ਦਿੱਤਾ ਹੈ ਇਹ ਸਭ ਤੇਰਾ ਹੈ ਇਹ ਜਿਤਨੀ ਵੀ ਬੁੱਧ ਮੈਨੂੰ ਤੂੰ ਦਿੱਤੀ ਹੈ ਇਹ ਸਭ ਤੇਰੀ ਹੈ ਚੰਗੀ ਬੁੱਧ ਕਿਹੜੀ ਹੈ ਜੇਕਰ ਬਾਣੀ ਨੂੰ ਪੜੀਏ ਤੇ ਮਹਾਰਾਜ ਕਹਿੰਦੇ ਗੁਰ ਮਿਲਿਆ ਸਭ ਮਤ ਬੁੱਧ ਕਿ ਜਦੋਂ ਮਨੁੱਖ ਗੁਰੂ ਨੂੰ ਮਿਲ ਜਾਂਦਾ ਹੈ ਜਦੋਂ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਸ ਸਮੇਂ ਦੀ ਜਿਹੜੀ ਬੁੱਧ ਹੈ ਉਸ ਬੁੱਧ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਹੈ ਜਦੋਂ ਤੱਕ ਮਨੁੱਖ ਸਿਮਰਨ ਨਹੀਂ ਕਰਦਾ ਭਜਨ ਨਹੀਂ ਕਰਦਾ ਸਤ ਜਾਨਿਓ ਉਦੋਂ ਤੱਕ ਮਨੁੱਖ ਦੀ ਜੋ ਬੁੱਧੀ ਹੈ ਉਹ ਮਲਨ ਹੀ ਰਹਿੰਦੀ ਹੈ ਕਿਉਂਕਿ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਮੇਸ਼ਰ ਦੇ ਸਿਮਰਨ ਦੇ ਨਾਲ ਹੀ ਜੋ ਉਹ ਅਕਾਲ ਪੁਰਖ ਨੂੰ ਜਾਣਨਾ ਹੈ ਉਹਦਾ ਜੋ ਗਿਆਨ ਹੈ ਉਹ ਬੁੱਧੀ ਦੇ ਵਿੱਚ ਤਾਂ ਹੀ ਆਵੇਗਾ ਜਦੋਂ ਅਸੀਂ ਉਸ ਪਰਮੇਸ਼ਰ ਦਾ ਨਾਮ ਜਪਾਂਗੇ ਔਰ ਸਾਡੇ ਸਰੀਰ ਦੇ ਅੰਦਰ ਜੋ ਬਲ ਹੈ ਉਹ ਵੀ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ ਪੈਂਦੇ ਖਾਂ ਜਿਹੜਾ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਚਰਨਾਂ ਵਿੱਚ ਰਹਿੰਦਾ ਸੀ ਉਹਦੇ ਅੰਦਰ ਇਤਨਾ ਬਲ ਸੀ ਕਿ ਜੇਕਰ ਉਹ ਆਪਣੇ ਹੱਥ ਦੇ ਵਿੱਚ ਸਿੱਕਾ ਫੜ ਲੈਂਦਾ ਸੀ ਤੇ ਇਤਨਾ ਬਲ ਸੀ ਇਤਨਾ ਜੋਰ ਸੀ ਉਹਦੇ ਅੰਦਰ ਕਿ ਉਹ ਸਿੱਕੇ ਨੂੰ ਹੱਥ ਵਿੱਚ ਹੀ ਤਕੜ ਕੇ ਕਸਾ ਦਿੰਦਾ ਸੀ ਪਰ ਜਦੋਂ ਉਹ ਸਤਗੁਰੂ ਪਾਤਸ਼ਾਹ ਤੇ ਬਾਗੀ ਹੋ ਗਿਆ ਜਦੋਂ ਉਹ ਸਤਗੁਰੂ ਪਾਤਸ਼ਾਹ ਦੇ ਖਿਲਾਫ ਹੋ ਕੇ ਉਹ ਜੰਗ ਲੜਨ ਆਇਆ ਤੇ ਉਹੀ ਪੈਂਦੇ ਖਾਂ ਜਿਹੜਾ ਸੈਂਕੜਿਆਂ ਸਿਪਾਈਆਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ ਉਹੀ ਪੈਂਦੇ ਖਾਂ ਸਤਗੁਰੂ ਪਾਤਸ਼ਾਹ ਦੇ ਹੱਥੋਂ ਮਾਰਿਆ ਗਿਆ ਕਿਉਂਕਿ ਉਹਦੇ ਅੰਦਰ ਜੋ ਬਲ ਸੀ ਉਹ ਸਤਗੁਰੂ ਪਾਤਸ਼ਾਹ ਦਾ ਦਿੱਤਾ ਹੋਇਆ ਸੀ ਇਸ ਕਰਕੇ ਮਹਾਰਾਜ ਜੀ ਦੇ ਚਰਨਾਂ 'ਚ ਆਪਾਂ ਇਹ ਵਾਰ-ਵਾਰ ਬੇਨਤੀ ਕਰਨੀ ਹੈ ਕਿ ਹੇ ਸਤਿਗੁਰੂ ਪਾਤਸ਼ਾਹ ਜੀ ਮੈਨੂੰ ਆਪ ਜੀ ਨੇ ਐਸੀ ਬੁੱਧ ਦੇਣੀ ਕਿ ਜਿਸ ਬੁੱਧ ਦੇ ਨਾਲ ਮੈਂ ਆਪ ਜੀ ਨੂੰ ਕਦੇ ਵਿਸਰਾ ਨਾ ਸਾ ਬੁੱਧ ਦੀਜਾ ਜਤ ਵਿਸਰਾ ਨਹੀਂ ਕਿ হে ਮਹਾਰਾਜ ਮੈਂ ਤੁਹਾਨੂੰ ਪੁਲਾਵਾ ਨਾ ਤੇ ਜੇਕਰ ਗੁਰੂ ਪਿਆਰਿਓ ਇਹ ਸੰਸਾਰ ਦੇ ਉੱਪਰ ਹੰਕਾਰ ਕੀਤਾ ਪਰਸਰਾਮ ਵਰਗਿਆਂ ਨੇ ਆਪਣੇ ਬਲ ਦਾ ਕਿ ਮੈਂ 21 ਵਾਰ ਛਤਰੀਆਂ ਦੀ ਕੁੱਲ ਦਾ ਨਾਸ ਕੀਤਾ ਉਹਨੂੰ ਜੇਕਰ ਆਪਣੇ ਬਲ ਦਾ ਹੰਕਾਰ ਹੋ ਗਿਆ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਪਰਸਰਾਮ ਦਾ ਬਲ ਹਰੈ ਦੀਨ ਦਿਆਲ ਗਰਭ ਪ੍ਰਹਾਰੀ ਕਿ ਭਾਈ ਜੋ ਉਹ ਅਕਾਲ ਪੁਰਖ ਵਾਹਿਗੁਰੂ ਹੈ ਜੇਕਰ ਕੋਈ ਮਨੁੱਖ ਹੰਕਾਰ ਕਰਦਾ ਹੈ ਆਪਣੇ ਬਲ ਦਾ ਆਪਣੀ ਬੁੱਧ ਦਾ ਤੇ ਸਤ ਜਾਣਿਓ ਉਹ ਪਰਮੇਸ਼ਰ ਸ਼ਿਨ ਦੇ ਵਿੱਚ ਹੀ ਉਹਦਾ ਹੰਕਾਰ ਦਾ ਨਾਸ ਕਰ ਦਿੰਦਾ ਹੈ ਕਿਉਂਕਿ ਖਲ ਪੰਡਤ ਤੇ ਮੂਰਖ ਕਰਬੋ ਮੂਰਖ ਤੇ ਮੁਗਦਾਰੀ ਉਹ ਪਰਮੇਸ਼ਰ ਤੇ ਜੇਕਰ ਧਰਤੀ ਤੇ ਕੋਈ ਬੈਠਾ ਹੈ ਉਹ ਆਕਾਸ਼ ਤੇ ਚੜਾ ਦਿੰਦਾ ਹੈ ਤੇ ਆਕਾਸ਼ ਤੇ ਚੜਿਆ ਹੋਇਆਂ ਨੂੰ ਉਹ ਧਰਤੀ ਤੇ ਲੈ ਕੇ ਆ ਜਾਂਦਾ ਹੈ ਇਸ ਕਰਕੇ اے ਮਨੁੱਖ ਤੂੰ ਕਦੇ ਹੰਕਾਰ ਨਹੀਂ ਕਰਨਾ ਕਿ ਇਹ ਬੁੱਧ ਤੇਰਾ ਤੇਰੀ ਹੈ ਇਹ ਬਲ ਤੇਰਾ ਹੈ ਬੁੱਧ ਬਲ ਦਾ ਦਾਤਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਮਝਣਾ ਹੈ ਇਹ 25ਵਾਂ ਬਚਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਉਚਾਰਨ ਕੀਤਾ